ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਹਾਂ, ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਉਮੀਦ ਹੈ ਤੁਸੀਂ ਸਹਿਮਤ ਹੋਵੋਗੇ ਤੇ ਵੱਧ ਤੋਂ ਵੱਧ ਸਾਥ ਦਿਓਗੇ ਜੀ। ਕੁਝ ਲੁੱਟਿਆ ਸਾਧ ਪਖੰਡੀਆਂ ਨੇ, ਕੁਝ ਚਿੱਟੀਆਂ ਪੀਲੀਆਂ ਝੰਡੀਆਂ ਨੇ, ਫਿਰ ਮਾਰਿਆ ਕੁਦਰਤੀ ਮਾਰਾਂ ਨੇ, ਕੁਝ ਸਮੇਂ ਦੀਆਂ ਸਰਕਾਰਾਂ ਨੇ, ਜੋ ਬਚਿਆ ਸੀ ਉਹ ਡੋਬ ਦਿੱਤਾ, ਅਸਮਾਨ ਤੋਂ ਆਉਂਦੀਆਂ ਧਾਰਾਂ ਨੇ। ਅੱਜ ਜਣਾ ਖਣਾ ਹੀ ਗਾਉਂਦਾ ਏ ਕਿ ਮੌਜਾਂ ਜੱਟ ਉਡਾਉਂਦਾ ਏ, ਨਹੀਂ ਜਾਣਦੇ ਉਹ ਅਸਲੀਅਤ ਨੂੰ ਕਿ ਅੱਜ ਕੱਲ੍ਹ ਮੰਡੀ ਦੇ ਵਿੱਚ ਸੌਂਦਾ ਏ। ਗੱਲ ਕਰਨੀ ਇਹਨਾਂ ਲੋਕਾਂ ਦੀ, ਇਹਨਾਂ ਧਰਮ ਨੂੰ ਲੱਗੀਆਂ ਜੋਕਾਂ ਦੀ, ਜੋ ਚਿੱਟੇ ਚੋਲੇ ਪਾਉਂਦੇ ਨੇ, ਜੋ ਪੈਰੀਂ ਹੱਥ ਲਵਾਉਂਦੇ ਨੇ, ਜੋ ਕੱਚੀ ਬਾਣੀ ਗਾਉਂਦੇ ਨੇ, ਨਿੱਤ ਨਵਾਂ ਭੁਲੇਖਾ ਪਾਉਂਦੇ ਨੇ, ਕੁਝ ਜੈੱਡ ਸਿਕਿਉਰਿਟੀ ਰੱਖਦੇ ਨੇ ਤੇ ਫਿਰ ਸਮਾਧੀ ਲਾਉਂਦੇ ਨੇ, ਜੋ ਚਿਮਟੇ ਨਿੱਤ ਖੜਕਾਉਂਦੇ ਨੇ, ਬਿਨ ਮਾਇਆ ਦੇ ਵਣ ਨਾਲ ਲਾਉਂਦੇ ਨੇ, ਐਸੇ ਵੀ ਅੱਜ ਕੱਲ੍ਹ ਬਾਬੇ ਨੇ ਜੋ ਗੱਡੀ ਨਿੱਤ ਬਦਲਾਉਂਦੇ ਨੇ। ਇੱਕ ਗੱਲ ਵਿਚਾਰਨ ਵਾਲੀ ਏ, ਧਰਤੀ ਕਾ ਤਾਰ ਕੰਡਿਆਲੀ ਏ, ਇੱਥੇ ਚੋਰ ਕੁੱਤੀ ਦੀ ਜਾਰੀ ਏ, ਇਹਨਾਂ ਨੂੰ ਸ਼ਹਿ ਸਰਕਾਰੀ ਏ। ਇੱਕ ਦਰਿਆ ਪਿਆ ਛੇਵਾਂ ਵਗਦਾ ਏ, ਪੰਜਾਂ ਤੋਂ ਵੱਡਾ ਲੱਗਦਾ ਏ, ਇਸ ਦਰਿਆ ਨੇ ਗੰਧਲਾ ਕੀਤਾ ਏ, ਪੰਜਾਬ ਨੂੰ ਅੰਧਲਾ ਕੀਤਾ ਏ, ਸਭ ਫਰਜ਼ ਆਪਣੇ ਭੁੱਲ ਗਏ ਨੇ, ਬਸ ਜਥੇਦਾਰੀਆਂ ਵਿੱਚ ਰੁਲ ਗਏ ਨੇ, ਇਕੱਠੇ ਹੋ ਹੰਭਲਾ ਮਾਰਾਂਗੇ ਤਾਂ ਕੌਮੀ ਕਰਜ਼ ਉਤਾਰਾਂਗੇ। ਕੁਝ ਲਾਹਣਤਾਂ ਇੱਥੇ ਦਾਜ ਜਈਆਂ, ਜੋ ਰੋਗ ਨੇ ਲਾ ਇਲਾਜ ਜਈਆਂ, ਕੁਝ ਕਾਰੇ ਐਸੇ ਹੋਏ ਨੇ ਠਾਣਿਆਂ ਵਿੱਚ ਮਾਪੇ ਰੋਏ ਨੇ, ਇਸੇ ਲਈ ਕੁੱਖ ਵਿੱਚ ਮਾਰ ਦਿੰਦੇ, ਨਾ ਧੀਆਂ ਨੂੰ ਸਤਿਕਾਰ ਦਿੰਦੇ, ਜੋ ਧੀ ਜੰਮਣ ਤੋਂ ਡਰਦੇ ਨੇ, ਪੁੱਤ ਲਈ ਅਰਦਾਸਾਂ ਕਰਦੇ ਨੇ, ਦੁਨੀਆਂ ਤੋਂ ਚਾਲਾ ਲੱਖ ਕਰ ਲੈ ਪਰ ਰੱਬ ਕੋਲੋਂ ਨਾ ਪਰਦੇ ਨੇ, ਪਰ ਰੱਬ ਕੋਲੋਂ ਨਾ ਪਰਦੇ ਨੇ। ਸੋ ਦੋਸਤੋ, ਇਹਨਾਂ ਹਾਲਾਤਾਂ ਲਈ ਜਿੰਨੀਆਂ ਜ਼ਿੰਮੇਵਾਰ ਸਰਕਾਰਾਂ ਨੇ, ਉਨੇ ਬਰਾਬਰ ਦੇ ਜ਼ਿੰਮੇਵਾਰ ਅਸੀਂ ਵੀ ਹਾਂ, ਕਿਉਂਕਿ ਅਸੀਂ ਖੁਦ ਆਪਣੀ ਸੋਚ ਨੂੰ ਬਦਲਣਾ ਹੈ। ਸਾਡੀ ਸੋਚ ਨੂੰ ਕਿਸੇ ਨੇ ਨਹੀਂ ਬਦਲਣਾ, ਅਸੀਂ ਖੁਦ ਇਹ ਸੋਚਣਾ ਹੈ ਕਿ ਅਸੀਂ ਲੱਚਰ ਗਾਣੇ ਨਹੀਂ ਸੁਣਨੇ, ਅਸੀਂ ਸਾਧ ਪਖੰਡੀ ਬਾਬਿਆਂ ਦੇ ਡੇਰਿਆਂ 'ਤੇ ਨਹੀਂ ਜਾਣਾ, ਅਸੀਂ ਧੀਆਂ ਦਾ ਸਤਿਕਾਰ ਕਰਨਾ ਹੈ, ਜਾਂ ਅਸੀਂ ਨਸ਼ੇ ਨਹੀਂ ਕਰਨੇ। ਇਹ ਸੋਚ ਅਸੀਂ ਬਦਲਣੀ ਹੈ ਆਪਣੀ। ਕਦੇ ਵੀ ਇਨਕਲਾਬ ਆਇਆ ਹੈ ਤਾਂ ਉਹ ਲੋਕਾਂ ਨੇ ਲਿਆਂਦਾ ਹੈ, ਕਦੇ ਵੀ ਸਰਕਾਰ ਨੇ ਇਨਕਲਾਬ ਨਹੀਂ ਲਿਆਂਦਾ। ਸੋ ਆਪਣੀ ਸੋਚ ਨੂੰ ਬਦਲੋ, ਹਾਲਾਤ ਆਪਣੇ ਆਪ ਬਦਲ ਜਾਣਗੇ। ਸੋ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਹੋਇਆ ਕਿ ਸਾਡੇ ਪੰਜਾਬੀਆਂ ਦੇ ਮੱਥੇ ਉੱਤੇ ਜੋ ਇਹ ਕਲੰਕ ਲੱਗਾ ਹੋਇਆ ਹੈ, ਇਸ ਨੂੰ ਅਸੀਂ ਧੋਣਾ ਹੈ, ਕਿਸੇ ਨੇ ਬਾਹਰੋਂ ਆ ਕੇ ਨਹੀਂ ਧੋਣਾ ਹੈਗਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਹਾਲਾਤਾਂ ਨੂੰ ਬਦਲਣ ਲਈ ਆਪਣੀ ਸੋਚ ਦੇ ਉੱਤੇ, ਚੰਗੀ ਸੋਚ ਦੇ ਉੱਤੇ ਪਹਿਰਾ ਦਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਦੋਸਤ ਜਤਿੰਦਰ ਚਾਲ।